ਦੋਸਤੋ, ਅੱਜ ਅਸੀਂ ਬਣਾਉਣ ਜਾ ਰਹੇ ਹਾਂ ਜੀ ਪਾਲਕ ਪਨੀਰ ਦੀ ਸਬਜ਼ੀ। ਇਹ ਹੈ ਜੀ ਪਾਲਕ, ਤੇ ਦੂਜੇ ਪਾਸੇ ਹੈ ਜੀ ਪਨੀਰ, ਤੇ ਹੋਰ ਵੀ ਸਮਾਨ ਹੈ ਜੋ ਕਿ ਆਪਾਂ ਇਸਤੇਮਾਲ ਕਰਾਂਗੇ। ਆਸ਼ੀਰਵਾਦ ਹੈ ਬੇਬੇ ਜੀ ਦਾ, ਬੇਬੇ ਜੀ ਸਾਨੂੰ ਗਾਈਡ ਕਰਨਗੇ ਕਿਵੇਂ ਕਿਵੇਂ ਬਣਾਉਣਾ ਹੈ। ਵੈਸੇ ਦੱਸ ਦਈਏ, ਅਸੀਂ ਸਾਰੇ ਪਹਿਲੀ ਵਾਰ ਬਣਾ ਰਹੇ ਹਾਂ। ਬੇਬੇ ਜੀ ਨੇ, ਬੇਬੇ ਜੀ ਤੁਸੀਂ ਬਣਾਇਆ ਪਹਿਲਾਂ ਕਦੀ ਪਾਲਕ ਪਨੀਰ? ਬਣਾਇਆ ਅੱਜ ਬਣਾ ਦਾਂਗੇ। ਅੱਛਾ, ਬੇਬੇ ਜੀ ਕਹਿੰਦੇ ਨੇ ਬਣਾਇਆ ਹੈ, ਦੇਖ ਲਓ ਅੱਜ ਬਣਾਉਣਗੇ ਬਈ, ਅੱਜ ਬਣਾਉਣਗੇ ਬੇਬੇ ਜੀ ਪਾਲਕ ਪਨੀਰ, ਸਾਨੂੰ ਦੱਸਣਗੇ ਤੇ ਨੇਹਾ ਜੀ ਬਣਾਉਣਗੇ, ਬੇਬੇ ਦੱਸੀ ਜਾਣਗੇ ਤੇ ਅਸੀਂ ਬਣਾਵਾਂਗੇ ਤੇ ਬਣਾ ਕੇ ਖਾਵਾਂਗੇ। ਮੈਂ ਦੱਸਾਂਗੀ, ਇਹ ਠੀਕ ਹੈ। ਬਣਾਏ ਕੁੜੀ ਬਣਾਏਗੀ। ਜਿਹੜਾ ਜਿਹੜਾ ਸਮਾਨ ਲਿੱਤਾ ਹੁਣ ਤੁਹਾਨੂੰ ਉਹ ਦੱਸਦੇ ਆ ਜੀ। ਇਹ ਹੈ ਜੀ ਹਲਦੀ, ਨਮਕ, ਮਿਰਚ, ਜੀਰਾ, ਤੇ ਇਹ ਕੀ ਹੈ? ਕੜੀ ਪੱਤਾ। ਕੜੀ ਪੱਤਾ ਵੀ ਕਹਿੰਦੇ ਨੇ, ਤੇਜ਼ ਪੱਤਾ ਵੀ। ਇਹ ਤੇਜ਼ ਪੱਤਾ ਤੇ ਕੜੀ ਪੱਤਾ ਇੱਕੋ ਹੀ ਹੁੰਦਾ ਮਾਤਾ ਜੀ? ਨਹੀਂ, ਕੜੀ ਪੱਤਾ ਅਲੱਗ ਹੁੰਦਾ। ਅੱਛਾ, ਇਹ ਤੇਜ਼ ਪੱਤਾ ਹੈ? ਇਹ ਤੇਜ਼ ਪੱਤਾ। ਅੱਛਾ ਜੀ, ਇਹ ਤੇਜ਼ ਪੱਤਾ ਹੈ ਭਾਈ, ਮੈਨੂੰ ਲੱਗੇ ਕੜੀ ਪੱਤਾ ਹੈ, ਬਟ ਇਹ ਤੇਜ਼ ਪੱਤਾ ਹੈ। ਖੈਰ, ਤੇ ਹੈਗਾ ਪਨੀਰ ਜੀ, ਨਾਲ ਹੈ ਹਰੀ ਮਿਰਚ, ਟਮਾਟਰ, ਧਨੀਆ, ਲਸਣ, ਪਿਆਜ਼ ਤੇ ਅਦਰਕ। ਬੜਾ ਸਾਰਾ ਲਿੱਤਾ ਨੇ ਹਾਂਜੀ, ਹੈ ਨਹੀਂ? ਆਪਾਂ ਮਤਲਬ ਕਿ ਸਵਾਦ ਅਨੁਸਾਰ ਲੈ ਸਕਦੇ, ਸਵਾਦ ਅਨੁਸਾਰ ਲਵਾਂਗੇ ਸਾਰਾ। ਇਹ ਆਪਾਂ ਨੇ ਜਸਟ ਤੁਹਾਨੂੰ ਮਤਲਬ ਹਾਥੀ ਕੇ ਦਾਂਤ ਦਿਖਾਣੇ ਕੀ ਔਰ ਖਾਣੇ ਕੀ ਔਰ, ਸਿੱਧੀ ਗੱਲ ਕਰੋ। ਠੀਕ ਹੈ, ਠੀਕ ਹੈ। ਤੇ ਆ ਇਹ ਦੱਸੋ, ਆ ਕੀ ਹੋ ਰਿਹਾ ਇੱਥੇ ਦੱਸੋ? ਪਾਣੀ ਉੱਪਰ ਪਾਣੀ ਗਰਮ ਰੱਖਿਆ ਹੈਗਾ। ਇਹ ਪਾਣੀ ਕਾਦੇ ਵਾਸਤੇ ਗਰਮ ਰੱਖਿਆ ਇਹ ਦੱਸੋ ਪਹਿਲਾਂ ਤਾਂ, ਸਟਾਰਟਿੰਗ ਦੇ ਵਿੱਚ ਹੀ ਆਪਾਂ ਪਾਲਕ ਉਬਾਲਾਂਗੇ ਨਾ ਇੱਕ ਦੋ ਮਿੰਟ। ਅੱਛਾ, ਪਾਲਕ ਪਾਤੇ, ਕਿਵੇਂ ਕਿਵੇਂ ਕਰੋਗੇ ਦੱਸੋ ਮਾੜਾ ਜਿਹਾ। ਪਾਣੀ ਉਬਲਦਾ ਆ। ਅੱਛਾ ਜੀ, ਇਹ ਚ ਪਾਲਕ ਪਾਵਾਂਗੇ। ਅੱਛਾ ਜੀ, ਪਾਣੀ ਕੱਢ ਕੇ ਹਾਂਜੀ ਫਿਰ ਇਹਨੂੰ ਕਰ ਲਾਂਗੇ। ਲੋ ਜੀ, ਆਪਾਂ ਕਰਕੇ ਦਿਖਾਵਾਂਗੇ ਜੀ, ਗੱਲਾਂ ਗੱਲਾਂ ਨਾਲ ਨੀ, ਕਰਕੇ ਵੀ ਦਿਖਾਵਾਂਗੇ। ਤੋ ਪਾਣੀ ਨੂੰ ਉਬਲਣ ਦੋ, ਉਸ ਤੋਂ ਬਾਅਦ ਦੇਖਦੇ ਹਾਂ ਕੀ ਹੁੰਦਾ। ਹਾਂ, ਆਪਾਂ ਕਰਕੇ ਦਿਖਾਵਾਂਗੇ, ਬਿਲਕੁਲ ਬਿਲਕੁਲ। ਹਾਂਜੀ, ਪਾਲਕ ਪਾਓ ਨੇ ਹਾਂਜੀ, ਪਾਣੀ ਹੋ ਚੁੱਕਿਆ ਗਰਮ, ਪਾਲਕ ਪਾ ਦੋ ਨੇ ਹਾਂਜੀ ਜੀ। ਸੋ ਆਪਾਂ ਸਾਰੀ ਪਾਲਕ ਆ ਜਿਹੜੀ ਉਹ ਵਿੱਚ ਪਾ ਦਾਂਗੇ। ਜੀ ਜੀ ਜੀ, ਪਾ ਪਾ। ਇਹ ਹੱਥ ਨਾਲ ਹੀ ਪਾ ਸਕਦੇ ਆ ਨਾ, ਮਤਲਬ ਉਸ ਚੀਜ਼ ਦੀ ਲੋੜ ਨਹੀਂ ਕਰਸੀ ਕੁਰਸੀ ਦੀ, ਉਹ ਕੱਢਣ ਵਾਸਤੇ ਲੋੜ ਪਊਗੀ। ਅੱਛਾ, ਕੱਢਣ ਵਾਸਤੇ ਲੋੜ ਪਊਗੀ। ਇਹ ਪਾਲਕ ਕਿੰਨੀ ਲਿੱਤੀ, 1 ਕਿਲੋ, ਅੱਧਾ ਕਿਲੋ? ਕਿੰਨੀ ਪਾਲਕ ਬੇਬੇ? ਪਾ ਦੇ ਸਾਰੇ ਪਾਲਕ। ਮਾਰੇ ਪਾਲਕ ਕਿੰਨੀ ਲਿੱਤੀ ਹੈ, 1 ਕਿਲੋ, ਅੱਧਾ ਕਿਲੋ? ਕਿਲੋ, 1 ਕਿਲੋ ਪਾਲਕ ਹੈ ਜੀ, 1 ਕਿਲੋ ਪਾਲਕ ਹੈ ਜੀ। ਤੁਸੀਂ ਆਪਣੇ ਸਾਰ ਨਾਲ ਸਵਾਦ ਅਨੁਸਾਰ ਲੈ ਸਕਦੇ ਹੋ, ਅਸੀਂ 1 ਕਿਲੋ ਪਾਲਕ ਜਿਹੜੀ ਹੈ ਉਹ ਯੂਜ਼ ਕਰ ਰਹੇ ਹਾਂ ਜੀ। ਆਪਾਂ ਟਰਾਈ ਕਰਾਂਗੇ, ਅਸੀਂ ਪਹਿਲੀ ਵਾਰ ਟਰਾਈ ਕਰ ਰਹੇ ਹਾਂ, ਪਹਿਲੇ ਦੱਸ ਰਹੇ ਹਾਂ ਜੀ, ਹੋ ਸਕਦਾ ਗਲਤ ਹੋ ਜਾਵੇ ਸਾਡੇ ਕੋਲੋਂ, ਪਹਿਲੇ ਹੀ ਕਹਿ ਰਹੇ ਹਾਂ ਨਾ ਜੀ, ਬਾਅਦ 'ਚ ਕਮੈਂਟ ਲੱਗੇਗਾ ਉਹ ਤਾਂ ਕਹੋ ਕਿ ਆਹ ਉਹਨੂੰ ਬਣਾਉਣਾ ਆਉਂਦਾ ਸਾਨੂੰ ਦੱਸ ਰਹੇ ਹੋ, ਅਸੀਂ ਤਾਂ ਆਪ ਸਿੱਖ ਰਹੇ ਹਾਂ ਬੇਬੇ ਜੀ ਤੋਂ। ਪਾਲਕ ਵੱਧ ਗਈ ਆਪਣੀ, ਮੈਨੂੰ ਤਾਂ ਲੱਗ ਰਿਹਾ ਪਾਲਕ ਵੱਧ ਗਈ। ਆਹ ਦੇਖੋ ਭਾਂਡਾ ਛੋਟਾ ਪੈ ਗਿਆ, ਆਹ ਦੇਖੋ, ਆਹ ਦੇਖੋ, ਅੱਜ ਪਾਲਕ ਵੱਧ ਗਈ, ਭਾਂਡਾ ਪੈ ਗਿਆ ਛੋਟਾ, ਤੇ ਜਿੰਨੇ ਦਾ ਹੈ ਚਲੋ ਉਨਾ ਕੁ ਬਣਾ ਲਓ, ਕੋਈ ਗੱਲ ਨੀ, ਮੈਂ ਘੱਟ ਖਾ ਲਾਂਗਾ। ਹੋਰ ਚਲੋ ਟਰਾਈ ਕਰਾਂਗੇ। ਮੈਨੂੰ ਘੱਟ ਦੇ ਦਿਓ, ਮੈਨੂੰ ਘੱਟ ਦੇ ਦਿਓ, ਬਣ ਜਾਣੀਆਂ ਸਾਰੀ, ਹੋ ਜਾਣੀ ਹੈ ਸਾਰੀ, ਹੋ ਜਾਏਗੀ। ਕਿਆ ਬਾਤ ਹੈ ਜੀ, ਤੋ ਮਾਤਾ ਜੀ ਹੁਣ ਲੱਗਦਾ ਹੈ ਕੋਈ ਚਮਤਕਾਰ ਕਰਨਗੇ। ਆ ਗਏ ਮਾਤਾ, ਬੇਬੇ ਉੱਠ ਗਈ, ਬੇਬੇ ਉੱਠ ਗਈ ਸਾਡੀ, ਸਾਡੀ ਬੇਬੇ ਉੱਠ ਚੁੱਕੀ ਹੈ, ਹੁਣ ਦੇਖੋ ਕੁਛ ਨਾ ਕੁਛ ਚਮਤਕਾਰ ਹੋਊਗਾ। ਇੱਧਰ ਪਾ ਦਿਓ ਮਾਤਾ, ਚਲੋ ਹੋ ਗਿਆ। ਓ ਬੇਬੇ, ਕਿਆ ਬਾਤ ਹੈ ਬੇਬੇ ਦੀ, ਸਾਰੀ ਪੈ ਗਈ, ਸਾਰੀ ਪਾਤੀ ਬੇਬੇ ਨੇ, ਕਿਆ ਬਾਤ ਹੈ ਜੀ। ਲਓ ਜੀ, ਲਓ ਜੀ, ਦੋ ਦੋ ਹੱਥ, ਦੋ ਦੋ ਹੱਥਾਂ ਨਾਲ ਦੇਖੋ ਬੇਬੇ, ਕਮਾਲ, ਦੋ ਦੋ ਹੱਥਾਂ ਨਾਲ ਬੇਬੇ, ਸਾਡੀ ਮਾਸਟਰ ਸ਼ੇਫ ਤੋਂ ਘੱਟ ਹੈ। ਓਏ ਨੇ ਚਾਰ ਹੁੰਦੇ ਤਾਂ ਪਤਾ ਨਹੀਂ ਕੀ ਹੁੰਦਾ, ਫੇਰ ਤਾਂ ਬੇਬੇ ਮੈਂ ਕਰਾ ਫੱਟੇ ਚੱਕ ਦਿੰਦੀ ਫੇਰ ਹੱਥ ਚਾਰ ਚੱਲਦੇ। ਲਓ ਜੀ, ਹੁਣ ਇਸ ਤਰੀਕੇ ਦੇ ਨਾਲ ਨਾ ਇਹਨੂੰ, ਵੈਸੇ ਪਾਣੀ ਮੈਨੂੰ ਲੱਗਦਾ ਸਾਡਾ ਭਾਂਡਾ ਛੋਟਾ ਹੈ। ਨੀਚੇ ਵਾਲੀ ਹੋ ਗਈ, ਠੀਕ ਹੈ ਠੀਕ ਹੈ ਠੀਕ ਹੈ, ਲਾਵਾਂਗੇ। ਅੱਛਾ ਲਾਵਾਂ, ਨਹੀਂ ਅਜੇ ਸਾਰੀ ਹੋ ਗਈ, ਲਾ ਕੇ ਠੰਡੇ ਪਾਣੀ ਚ ਪਾਵਾਂਗੇ। ਅੱਛਾ, ਲਾ ਕੇ ਠੰਡੇ ਪਾਣੀ ਚ ਪਾਵਾਂਗੇ। ਲਓ ਜੀ, ਹੁਣ ਸਿੱਧਾ ਇਹਨੂੰ ਆਪਾਂ ਨਟਾਰ ਕੇ ਠੰਡੇ ਪਾਣੀ ਚ, ਹੁਣ ਠੰਡੇ ਗਰਮ ਪਾਣੀ ਤੋਂ ਕੱਢ ਕੇ ਹੁਣ ਠੰਡੇ ਪਾਣੀ ਚ ਪਾਈ ਜਾ ਰਹੀ ਹੈ ਜੀ ਪਾਲਕ ਨੂੰ, ਠੀਕ ਹੈ ਜੀ। ਇਹ ਗਰਮ ਪਾਣੀ ਹੈ ਔਰ ਇੱਥੇ ਹੈ ਠੰਡਾ ਪਾਣੀ। ਕਲਰ ਦੇਖੋ ਕਿੰਨਾ ਸੋਹਣਾ ਆਇਆ, ਕਲਰ ਤਾਂ ਬਹੁਤ ਵਧੀਆ, ਗ੍ਰੀਨ ਗ੍ਰੀਨ ਜਿਹਾ ਆ ਰਿਹਾ, ਕਿਆ ਬਾਤ ਹੈ ਜੀ, ਬਹੁਤ ਹੀ ਖੂਬਸੂਰਤ ਲੱਗ ਰਹੀ ਹੈ।
ਬਾਕੀ ਖਾਣ ਤੋਂ ਬਾਅਦ ਪਤਾ ਲੱਗੂਗਾ। ਤੋ ਇਹ ਸਾਰੀ ਜਿਹੜੀ ਆਪਾਂ ਨੇ ਇਹਨੂੰ ਮਤਲਬ ਇਹ ਨਹੀਂ ਕਿ ਉਬਾਲਣਾ ਨਹੀਂ ਹੈ, ਨਹੀਂ ਉਬਾਲਣਾ, ਜਸ 1-1.5 ਮਿੰਟ 2 ਮਿੰਟ ਜਿਹੜਾ ਹੈ ਨਾ ਰੱਖਣਾ, 2 ਮਿੰਟ ਦੇ ਕਰੀਬ ਇਹਦੇ ਵਿੱਚ ਰੱਖਣਾ, ਜ਼ਿਆਦਾ ਟਾਈਮ ਨਹੀਂ ਰੱਖਣਾ ਵੀ ਇਹਦਾ ਕਲਰ ਹੈ ਨਾ ਜਿਹੜਾ ਉਮਰ ਕੇ ਬਾਹਰ, ਹਾਂ ਕਲਰ ਜਿਹੜਾ ਬਣਾਉਣਾ ਹੈ ਆਪਾਂ ਨੇ ਹੈ ਨਾ, ਤੇ ਹੋਰ ਜਿਹੜੇ ਮਤਲਬ ਕੋਈ ਕੀਟਾਣੂ ਵਗੈਰਾ ਹੋਣ ਗਿਆ ਉਹ ਗੰਦਗੀ ਵਗੈਰਾ ਸਾਫ਼ ਹੋ ਜਾਏਗੀ ਜੋ ਮੈਨੂੰ ਲੱਗਦਾ ਹੈ ਨਾ ਉਹਦੇ ਕਰਕੇ। ਆ ਦੇਖੋ ਹੁਣ ਇਸ ਤਰੀਕੇ ਨਾਲ ਮਾਤਾ ਜੀ ਪਾਣੀ ਚੋਂ ਕੱਢ ਰਹੇ ਨੇ ਮਾਤਾ ਜੀ, ਠੀਕ ਹੈ ਜੀ, ਨਾਲ ਦੀ ਨਾਲ ਕੱਢ ਕੇ ਆਪਾਂ ਉੱਧਰ ਰੱਖੀ ਜਾ, ਨਾਲ ਦੀ ਨਾਲ ਕੱਢ ਕੇ ਉੱਧਰ ਰੱਖਾਂਗੇ, ਠੀਕ ਹੈ ਵੈਰੀ ਗੁੱਡ, ਓਕੇ। ਤੋ ਪਹਿਲੀ ਵਾਰ ਅਸੀਂ ਬਣਾ ਰਹੇ ਹਾਂ ਜੀ ਪਾਲਕ ਪਨੀਰ ਦੀ ਸਬਜ਼ੀ, ਮੈਂ ਪਹਿਲੇ ਵੀ ਦੱਸ ਚੁੱਕਿਆ, ਤੋ ਟਰਾਈ ਟਰਾਈ ਅਗੇਨਸ ਸਾਡੇ ਲਈ। ਸੋ ਅਗਰ ਤੁਸੀਂ ਕਿਸੇ ਹੋਰ ਤਰੀਕੇ ਨਾਲ ਬਣਾਉਂਦੇ ਤਾਂ, ਹਾਂ ਜਿਹੜੇ ਐਕਸਪਰਟ ਨੇ ਕਿਸੇ ਹੋਰ ਤਰੀਕੇ ਨਾਲ ਬਣਾਉਂਦੇ ਨੇ ਭਾਈ, ਸਾਡੀਆਂ ਭੈਣਾਂ ਸਾਡੇ ਵੀਰ ਵੀ ਬਣਾਉਂਦੇ ਨੇ ਕਈ, ਇਹੋ ਜਿਹੀ ਗੱਲ ਨਹੀਂ ਹੈ ਨਾ, ਤੇ ਉਹ ਵੀ ਦੱਸ ਸਕਦੇ ਨੇ ਭਾਈ ਅਸੀਂ ਇੱਦਾਂ ਬਣਾਉਂਦੇ ਹਾਂ ਭਾਈ, ਜਾਂ ਬੇਬੇ ਕਈ ਸਾਡੀਆਂ ਬਹੁਤ ਸਾਰੀਆਂ ਬੇਬੇ ਸਾਡੀ ਵੀਡੀਓ ਦੇਖਦੀਆਂ ਨੇ, ਧੰਨਵਾਦ ਉਹਨਾਂ ਦਾ, ਉਹ ਵੀ ਦੱਸ ਸਕਦੇ ਨੇ ਪੁੱਤ ਅਸੀਂ ਇੱਦਾਂ ਬਣਾਉਂਦੇ ਹਾਂ, ਸਾਨੂੰ ਵੀ ਸਿੱਖਣ ਨੂੰ ਮਿਲੂਗਾ, ਬਹੁਤ ਸਾਰੇ ਤਰੀਕੇ ਹੁੰਦੇ ਨੇ, ਕੋਈ ਇਸ ਤੋਂ ਆਸਾਨ ਤਰੀਕਾ ਵੀ ਹੋਊਗਾ, ਬਿਲਕੁਲ 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 ਵੀ ਹੋਊਗਾ, ਬਿਲਕੁਲ ਬਿਲਕੁਲ ਬਿਲਕੁਲ। ਹੁਣ ਜੀ ਪਾਲਕ ਨੂੰ ਨਿਚੋੜਿਆ ਜਾ ਰਿਹਾ, ਘੁੱਟ ਕੇ ਤੇ ਨਿਚੋੜ ਕੇ ਦੇਖੋ ਆ ਪਾਣੀ ਕੱਢਤਾ ਇਹਦਾ, ਤੇ ਪਾਣੀ ਕੱਢ ਕੇ ਇਹਦਾ ਜਿਹੜਾ ਲੱਡੂ ਜਿਹੜੇ ਨੇ ਇੱਦਾਂ ਬਣਾਤੇ ਹੈ, ਲੱਡੂ ਲੱਡੂ ਲੱਡੂ, ਕਹਿੰਦੇ ਸਾਰਾ ਪਾਣੀ ਨਹੀਂ ਕੱਢਣਾ ਹੁੰਦਾ, ਥੋੜਾ ਬਹੁਤ ਪਾਣੀ ਕੱਢਣਾ, ਸਾਰਾ ਕੱਢਣਾ, ਅੱਛਾ ਚਲੋ ਠੀਕ ਹੈ ਜੀ, ਅਗਰ ਮਾਤਾ ਨੇ ਕਿਹਾ ਫਿਰ ਤਾਂ, ਮਾਤਾ ਨੇ ਕਿਹਾ ਤਾਂ ਫਿਰ ਠੀਕ ਗਿਆ ਇਹਦਾ ਵੀ, ਚਲੋ ਜੀ ਹੁਣ ਇਸ ਤਰੀਕੇ ਨਾਲ ਇਹਦਾ ਸਾਰਾ ਪਾਣੀ ਕੱਢਣ ਤੋਂ ਬਾਅਦ ਅਗਲਾ ਪ੍ਰੋਸੈਸ ਜਿਹੜਾ ਉਹ ਤੁਹਾਨੂੰ ਸਾਂਝਾ ਕਰਦੇ ਹਾਂ ਜਲਦੀ ਜੀ, ਹੋ ਗਿਆ। ਤੇ ਹੁਣ ਆਪਾਂ ਜਿਹੜਾ ਇਹ ਪਿਆਜ਼ ਹਰੀ ਮਿਰਚ ਟਮਾਟਰ ਸੀ ਨਾ ਇਹਦਾ ਪੇਸਟ ਬਣਾਵਾਂਗੇ, ਵੈਸੇ ਇਹਦੇ ਕਈ ਤਰੀਕੇ ਨੇ, ਇਹ ਵੀ ਕਿਹਾ ਜਾਂਦਾ ਕਿ ਜਦੋਂ ਤੁਸੀਂ ਇਹਨੂੰ ਤੁੜਕਾ ਲਾਓਗੇ ਨਾ ਜੀ, ਜੀਰਾ ਪਾ ਕੇ ਤੇ ਉਹਦੇ ਵਿੱਚ ਮਿਕਸ ਕਰਕੇ ਬਾਅਦ 'ਚ ਵੀ ਇਹਦਾ ਪੇਸਟ ਬਣਾ ਸਕਦੇ ਹੋ ਹੈ ਨਾ, ਅਤੇ ਕਈ ਲੋਕ ਐਂ ਵੀ ਪਾ ਦਿੰਦੇ ਨੇ, ਬਟ ਆਪਣਾ ਆਪਣਾ ਟੇਸਟ ਹੈ, ਮੈਂ ਇਹਨੂੰ ਪੇਸਟ ਬਣਾ ਕੇ ਜਿਹੜਾ ਹੈ ਉਹ ਤਿਆਰ ਕਰੂੰਗਾ, ਓਕੇ ਪਿਓਰੀ ਤਿਆਰ ਕਰੋਗੇ ਹੁਣ ਤੁਸੀਂ, ਹਾਂ ਮੈਂ ਉਹੀ ਤਿਆਰ ਕਰ ਰਿਹਾ, ਤੇ ਇਹ ਕੰਮ ਵੈਸੇ ਨੇਹਾ ਦਾ ਸੀ, ਨੇਹਾ ਕਹਿੰਦੀ ਮੈਂ ਕਰਨਾ ਨਹੀਂ, ਮੈਂ ਤਾਂ ਨਹੀਂ, ਮੈਂ ਨਾ ਜੂਸਰ ਯੂਜ਼ ਨਹੀਂ ਕਰਦੀ, ਮੈਂ ਘਰੇ ਵੀ ਨਹੀਂ ਚਲਾਉਂਦੀ, ਹਾਂ ਨੇਹਾ ਨਾ ਇਸ ਕਰਕੇ ਮੈਨੂੰ ਕੰਮ ਕਿਤ ਕਰ ਦਿੰਦੀ ਹੈ ਕਿ ਤੁਸੀਂ ਕਰੋ, ਤੇ ਆਪਣੇ ਹਿਸਾਬ ਨਾਲ ਦੇਖੋ ਮੈਂ ਮਿਰਚਾਂ ਬਹੁਤ ਸਾਰੀ ਪਾ ਰਹੀ, ਪਾ ਦਾਂ ਇੰਨੀ ਕੋਈ ਦਿੱਕਤ ਨਹੀਂ, ਤਿੰਨ ਪਾ ਦੂੰ ਮੈਂ, ਪਾ ਦਿਆਂ ਕੋਈ ਗੱਲ ਨਹੀਂ, ਦੇਖੀ ਜਾਏਗਾ ਜੇ ਮਿਰਚ ਲੱਗੇਗੀ ਨਜ਼ਾਰਾ ਆ ਜੂਗਾ, ਲਓ ਜੀ ਤੇ ਹੁਣ ਇਹਨੂੰ ਆਪਾਂ ਮਿਕਸੀ ਦੇ ਵਿੱਚ ਤਿਆਰ ਕਰ ਲੈਂਦੇ, ਸਾਰੀ ਭਰ ਗਈ ਬਸ ਦੇਖਦੇ ਹਾਂ। ਸੋ ਪੇਸਟ ਆਪਣਾ ਜਿਹੜਾ ਹੈ ਉਹ ਤਿਆਰ ਹੋ ਚੁੱਕਿਆ ਜੀ, ਹੁਣ ਇਹਦਾ ਲਾਇਆ ਜਾਏਗਾ ਤੜਕਾ, ਅਤੇ ਤੜਕਾ ਲਗਾਉਣ ਲਈ ਅਸੀਂ ਫਿਰ ਤੋਂ ਚੱਲਦੇ ਹਾਂ ਜੀ ਨੇਹਾ ਜੀ ਬਾਊ, ਅਤੇ ਹੁਣ ਲੱਗੂਗਾ ਜੀ ਤੁੜਕਾ, ਜਿਹੜਾ ਪੇਸਟ ਆਪਾਂ ਤਿਆਰ ਕੀਤਾ ਉਹਦਾ ਤੁੜਕਾ ਲਗਾਇਆ ਜਾਊਗਾ, ਬਸ 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 ਬਹੁਤ ਨੇਹਾ ਜੀ, ਅਤੇ ਹਾਂ ਜਿਹੜੇ ਵੀਰਾਂ ਭੈਣਾਂ ਨੂੰ ਨਹੀਂ ਪਤਾ ਉਹਨੂੰ ਦੱਸ ਦਈਏ ਕਿ ਇਹ ਆਪਾਂ ਸਰੋਂ ਦਾ ਤੇਲ ਇਸਤੇਮਾਲ ਕੀਤਾ, ਇਹ ਜਿਹੜਾ ਪੀਲਾਪਨ ਜਦੋਂ ਖਤਮ ਹੋ ਜਾਏਗਾ ਨਾ, ਯੈਲੋਪਨ ਜਿਹੜਾ ਖਤਮ ਹੋ ਜਾਏਗਾ, ਵਾਈਟ ਵਾਈਟ ਹੋ ਜਾਏਗਾ, ਉਸ ਤੋਂ ਬਾਅਦ ਤੁਸੀਂ ਪਾਣਾ ਜੀ ਜੀਰਾ, ਆਹ ਜਿਹੜਾ ਜੀਰਾ ਉਸ ਤੋਂ ਬਾਅਦ ਪਾਣਾ ਜਦੋਂ ਇਹ ਯੈਲੋਪਨ ਖਤਮ ਹੋ ਜਾਏਗਾ, ਠੀਕ ਹੈ, ਅਤੇ ਜਦੋਂ ਜੀਰਾ ਥੋੜ੍ਹਾ ਜਿਹਾ ਪੱਕ ਗਿਆ ਉਸ ਤੋਂ ਬਾਅਦ ਆਪਾਂ ਜਿਹੜਾ ਪੇਸਟ ਹੈ ਇਹਦੇ ਵਿੱਚ ਪਾਵਾਂਗੇ, ਅਤੇ ਜਿੰਨੀ ਕਿ ਮੈਂ ਪੜਿਆ ਉਹਦੇ ਮੁਤਾਬਿਕ ਤੁਹਾਨੂੰ ਦੱਸ ਰਿਹਾ ਭਾਈ, ਪੀਲਾਪਨ ਖਤਮ ਹੋ ਚੁੱਕਿਆ ਨੇ ਹਾਂ ਜੀ, ਪਾ ਦਿਓ ਜੀਰਾ ਬਚਾ ਕੇ ਥੋੜ੍ਹਾ ਜਿਹਾ ਹੱਥ ਬਚਾ ਕੇ, ਹਾਂ ਠੀਕ ਹੈ ਜੀ, ਫਾਈਨਲੀ ਆਪਾਂ ਜੀਰਾ ਪਾਤਾ ਜੀ, ਜੀਰਾ ਪਾ ਦਿੱਤਾ ਜੀ, ਜੋ ਥੋੜ੍ਹਾ ਜਿਹਾ ਜੀਰਾ ਪੱਕ ਗਿਆ ਗਾ, ਨਾਲ ਦੀ ਨਾਲ ਆਪਾਂ ਪੇਸਟ ਆ ਜਿਹੜਾ ਤਿਆਰ ਕੀਤਾ ਹੈਗਾ ਇਹਦੇ ਵਿੱਚ ਪਾ ਦਾਂਗੇ, ਸੋ ਹੁਣ ਪੇਸਟ ਪਾ ਦਾਂਗੇ, ਜੀਰਾ ਆਪਣਾ ਭੁੰਨ ਚੁੱਕਿਆ ਹੈਗਾ, ਜਿਹੜਾ ਪੇਸਟ ਬਣਾਇਆ ਸੀ ਆਪਾਂ ਉਹ ਪੇਸਟ ਵੀ ਜਿਹੜਾ ਹੈ ਪਾ ਦਿੱਤਾ ਜੀ,
ਤੇ ਪੇਸਟ ਦਾ ਤੜਕਾ ਲਾ ਰਹੇ ਹਾਂ ਅਸੀਂ ਆਪਣੇ ਤਰੀਕੇ ਨਾਲ ਕਰ ਰਹੇ ਹਾਂ ਭਾਈ, ਤੁਸੀਂ ਆਪਣੇ ਤਰੀਕਾ ਜਿਵੇਂ ਤੁਹਾਨੂੰ ਬੈਸਟ ਲੱਗਦਾ ਉੱਦਾਂ ਕਰ ਸਕਦੇ ਹੋ, ਆਪਣਾ ਆਪਣਾ ਤਰੀਕਾ ਹੁੰਦਾ, ਠੀਕ ਹੈ ਜੀ। ਜੋ ਕੋਈ ਵੀ ਚੀਜ਼ ਫਸਟ ਟਾਈਮ ਟਰਾਈ ਕਰਦੇ ਹਾਂਗੇ ਜੀ, ਬਿਲਕੁਲ ਤਾਂ ਇੱਕ ਅੱਧੀ ਮਿਸਟੇਕ ਵੀ ਜ਼ਰੂਰ ਹੁੰਦੀ ਹੈ ਜੀ। ਜਿਵੇਂ ਮਾਤਾ ਜੀ ਕਹਿ ਰਹੀ ਸੀ ਕਿ ਤੇਜ਼ ਪੱਤਾ ਵਿੱਚ ਹੀ ਪਾ ਦਿਉ, ਬਟ ਮੈਨੂੰ ਲੱਗਿਆ ਕਿ ਤੇਜ਼ ਪੱਤਾ ਵਿੱਚ ਨਹੀਂ ਪਾਉਣਾ ਚਾਹੀਦਾ, ਜਦੋਂ ਇਹ ਸਬਜ਼ੀ ਬਣੇਗੀ ਉਸ ਸਮੇਂ ਪਾਵਾਂਗੇ, ਸਬਜ਼ੀ ਨੇ ਤੁੜਕਾ ਤੁੜਕਾ ਲੱਗ ਰਿਹਾ। ਖੈਰ ਤਾਂ ਬਾਕੀ ਦੇਖਾਂਗੇ, ਇਸ ਤੋਂ ਬਾਅਦ ਫਿਲਹਾਲ ਹਜੇ ਪਾਲਕ ਦੀ ਗ੍ਰੇਵੀ ਆ ਜਿਹੜੀ ਉਹ ਵੀ ਬਣਨੀ ਰਹਿੰਦੀ ਹੈ। ਕਿਉਂਕਿ ਮੇਰਾ ਜਿਹੜਾ ਪਲਾਨ ਹੈ ਉਹ ਇਹ ਹੈ ਕਿ ਜਿਹੜੀ ਇਹ ਵਾਲੀ ਗ੍ਰੇਵੀ ਹੈ ਉਹ ਜਿਹੜੇ ਪਾਲਕ ਦੀ ਗ੍ਰੇਵੀ ਹੈ ਉਹ ਦੁਬਾਰਾ ਉਹਨੂੰ ਮਿਕਸ ਕਰਾਂ ਮੈਂ ਦੁਬਾਰਾ ਮਿਕਸਰ ਦੇ ਵਿੱਚ ਪਾ ਕੇ। ਓਕੇ, ਇੱਕ ਤਾਂ ਇਹ ਵੀ ਤਰੀਕਾ ਹੋ ਸਕਦਾ, ਦੂਜਾ ਤਰੀਕਾ ਇਹ ਵੀ ਹੋ ਸਕਦਾ ਕਿ ਉਹ ਗ੍ਰੇਵੀ ਵੱਖਰੀ ਕਰ ਦਈਏ ਔਰ ਇਹ ਗ੍ਰੇਵੀ ਵੱਖਰੀ ਕਰ ਲਈਏ, ਦੋਨਾਂ ਨੂੰ ਇਹਦੇ ਵਿੱਚ ਮਿਕਸ ਕਰ ਦਈਏ, ਇਹ ਵੀ ਕਰ ਸਕਦੇ ਹਾਂ, ਹੈ ਨਾ। ਆਪਸ਼ਨ ਬਹੁਤ ਨੇ, ਤਾਂ ਮੈਂ ਜੋ ਆਪਣੇ ਤਰੀਕੇ ਨਾਲ ਕਰ ਰਿਹਾ ਮੈਂ ਤੁਹਾਨੂੰ ਉਹ ਦੱਸ ਰਿਹਾ ਜੀ, ਗਲਤ ਮਤ ਹੋ ਗਿਆ ਬਾਅਦ 'ਚ ਦੇਖਾਂਗੇ। ਠੀਕ ਹੈ, ਮਾਤਾ ਜੀ ਨੇ ਕਿਹਾ ਕਿ ਹੁਣੇ ਪਾ ਦੋ, ਅਸੀਂ ਅਸੀਂ ਆ ਗੱਲ ਨੂੰ ਕੱਟਿਆ ਮਾਤਾ ਜੀ ਨੂੰ, ਬਾਅਦ 'ਚ ਦੇਖਦੇ ਕੀ ਬਣਦਾ। ਖੈਰ ਚਲੋ, ਅਤੇ ਹੁਣ ਆਪਾਂ ਪਾਲਕ ਦੀ ਜਿਹੜੀ ਹੈ ਗ੍ਰੇਵੀ ਤਿਆਰ ਕਰਾਂਗੇ, ਅਤੇ ਇਹਨੂੰ ਤਿਆਰ ਕਰਨ ਦੇ ਲਈ ਮੈਂ ਮਸ਼ੀਨ ਦੇ ਵਿੱਚ ਨਾ ਇਹਨੂੰ ਆਹ ਇੱਦਾਂ ਪਾਵਾਂਗਾ, ਖੋਲ ਖੋਲ ਕੇ ਥੋੜ੍ਹਾ ਥੋੜ੍ਹਾ ਕਰਕੇ ਨਾ ਪਾਉਣਾ, ਜੋ ਮਾਤਾ ਜੀ ਨੇ ਦੱਸਿਆ ਕਿ ਥੋੜ੍ਹਾ ਥੋੜ੍ਹਾ ਪਾਉਣਾ ਭਾਈ, ਖੋਲ 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 ਕੇ ਪਾਉਣਾ, ਹਾਂ ਐਂ ਨਹੀਂ ਸਿੱਟਣਾ ਕਿ ਉਈ ਮਤਲਬ ਸਾਰਾ ਸਿੱਟ ਦਿਉ, ਖੋਲ ਕੇ ਪਾਉਣਾ, ਠੀਕ ਹੈ। ਆਪਾਂ ਬੋਲਸ ਬਣਾਈਆਂ ਸੀ, ਜੀ ਜੀ ਜੀ, ਬੋਲਸ ਨਹੀਂ ਸਿੱਟਣੀਆਂ, ਓਪਨ ਕਰਕੇ ਇਸ ਤਰੀਕੇ ਨਾਲ, ਆਹ ਦੇਖੋ ਜਿਵੇਂ ਮੈਂ ਕਰ ਰਿਹਾ, ਠੀਕ ਹੈ ਜੀ। ਇਹ ਕਿਉਂਕਿ ਜਿਹੜੀ ਗੱਠਾਂ ਜੀ ਪਈਆਂ ਨੇ ਨਾ, ਆਈ ਥਿੰਕ ਇਹ ਓਪਨ ਹੋ ਜਾਣਗੀਆਂ ਔਰ ਜਦੋਂ ਇਹ ਘੁੰਮੇਗੀ ਮਸ਼ੀਨ ਤੋਂ ਅੜੇਗਾ ਨਹੀਂ, ਜੋ ਮੈਨੂੰ ਲੱਗਦਾ ਖੋਲ ਕੇ ਤਾਂ ਕਹਿੰਦੇ ਨੇ, ਜੋ ਮੈਨੂੰ ਲੱਗਦਾ ਭਾਈ ਮੈਂ ਗਲਤ ਵੀ ਹੋ ਸਕਦਾ, ਨਹੀਂ ਉਦਾਂ ਵੀ ਜੋ ਓਪਨ ਕਰਕੇ ਪਾਵਾਂਗੇ ਨਾ ਤਾਂ ਚੰਗੀ ਤਰ੍ਹਾਂ ਪੇਸਟ ਹੈ ਜਿਹੜਾ ਉਹ ਤਿਆਰ ਹੋਊਗਾ। ਬਿਲਕੁਲ, ਥੋੜ੍ਹਾ ਜਿਹਾ ਨਾ ਜੀ ਇਹਦੇ ਵਿੱਚ ਪਾਣੀ ਪਾਉਣਾ ਪਏਗਾ ਕਿਉਂਕਿ ਇਹ ਸੁੱਕੀ ਪਈ ਹੈ, ਇਸ ਕਰਕੇ ਇਹ ਪੂਰੀ ਚੰਗੀ ਤਰ੍ਹਾਂ ਘੁੰਮ ਨਹੀਂ ਰਹੀ। ਹੁਣ ਮੈਂ ਥੋੜ੍ਹਾ ਜਿਹਾ ਆਪਣੇ ਹਿਸਾਬ ਨਾਲ ਪਾਣੀ ਪਾਇਆ, ਤਾਂ ਹੁਣ ਮੈਂ ਘੁਮਾ ਕੇ ਦੇਖਦਾ ਇਹਨੂੰ, ਸੋ ਇਹ ਚੀਜ਼ ਪੇਸਟ ਆ ਜਿਹੜਾ ਉਹ ਪਤਲਾ ਤਿਆਰ ਕਰਨਾ। ਜੀ ਜੀ ਜੀ, ਸੋ ਇਹ ਚੀਜ਼ ਮੈਨੂੰ ਸਿੱਖਣ ਨੂੰ ਮਿਲੀ ਕਿ ਇਹ ਪਾਉਣ ਤੋਂ ਬਾਅਦ ਥੋੜ੍ਹਾ ਪਾਣੀ ਵੀ ਪਾਉਣਾ ਪਏਗਾ, ਠੀਕ ਹੈ ਜੀ। ਅਤੇ ਹੁਣ ਮੈਂ ਟਰਾਈ ਕਰਦਾ, ਆਹ ਦੇਖੋ ਜੀ ਆਹ ਪੇਸਟ ਤਿਆਰ ਹੋਇਆ, ਅਤੇ ਜਿੰਨਾ ਕੁ ਤਿਆਰ ਹੋਇਆ ਇੰਨਾ ਕੁ ਆਪਾਂ ਇਹਨੂੰ ਸੰਭਾਲ ਲਾਂਗੇ, ਫਿਰ ਅਗਲਾ ਤਿਆਰ ਕਰਾਂਗੇ। ਸੋ ਸਾਡਾ ਪੇਸਟ ਵੀ ਤਿਆਰ ਹੋ ਚੁੱਕਿਆ ਜੀ, ਅਤੇ ਸਾਡੀ ਗ੍ਰੇਵੀ ਵੀ ਤਿਆਰ ਹੋ ਚੁੱਕੀ ਹੈ, ਅਤੇ ਹੁਣ ਸਾਡਾ ਮੇਨ ਤੜਕਾ ਜਿਹੜਾ ਉਹ ਤਿਆਰ ਹੋਣ ਜਾ ਰਿਹਾ ਹੈ। ਜੀ ਜੀ ਜੀ, ਮਤਲਬ ਹੁਣ ਸਬਜ਼ੀ ਬਣਨ ਜਾ ਰਹੀ ਹੈ, ਠੀਕ ਹੈ। ਸਬਜ਼ੀ ਨਹੀਂ ਹੈਗੀ, ਪਾਲਕ ਪਨੀਰ, ਪਾਲਕ ਪਨੀਰ ਬਣਨ ਜਾ ਰਿਹਾ, ਦੇਖ ਲਓ ਜੀ ਅਮੀਰਾ ਦੀ ਸਬਜ਼ੀ, ਨਹੀਂ ਅਮੀਰਾ ਦੀ ਸਬਜ਼ੀ ਬਣਨ ਜਾ ਰਹੀ ਹੈ, ਪਾਲਕ ਪਨੀਰ। ਅੱਜ ਕੱਲ੍ਹ ਤਾਂ ਨੋਰਮਲੀ ਸਾਰੇ ਬਣਾ ਲੈਂਦੇ ਨੇ, ਉਹ ਗੱਲ ਵੱਖਰੀ ਹੈ ਕਿ ਆਪਾਂ ਬਹੁਤ ਲੇਟ। ਹਾਂ, ਪਾਲਕ ਪਨੀਰ ਮਹਿੰਗਾ ਬੜਾ ਨਿਕਲਦਾ, 250-300 ਰੁਪਏ ਕਿਲੋ, ਪਤਾ ਨਹੀਂ ਕਿਲੋ ਤਾਂ ਨਹੀਂ ਹੁੰਦਾ ਭਾਈ, 250-300 ਰੁਪਏ ਪਲੇਟ ਇਹ ਦਿੰਦੇ ਨੇ ਢਾਬੇ 'ਤੇ ਭਾਈ, ਅਸੀਂ ਤਾਂ ਖਾਂਦੇ ਨਹੀਂ, ਮੈਨੂੰ ਤਾਂ ਨੋਰਮਲ ਖਾਣਾ ਪਸੰਦ ਆ। ਆਪਾਂ ਤਾਂ ਆਪ ਨੋਰਮਲ ਖਾਂਦੇ ਹਾਂ, ਬਟ ਅੱਜ ਪਾਲਕ ਪਨੀਰ ਟਰਾਈ ਕਰ ਰਹੇ ਹਾਂ, ਅਤੇ ਦੇਖਦੇ ਹਾਂ ਕਿੱਦਾਂ ਬਣਦਾ। ਅਤੇ ਹੁਣ ਇਹਦੇ ਵਿੱਚ ਨੇਹਾ ਜੀ ਪਾਉਣਗੇ ਸਰੋਂ ਤੇਲ ਬਚਾ ਕੇ, ਪਾ ਦੇ ਹੁਣ ਇੰਨਾ ਟੀ ਦੇਖੀ ਜਾਂਦੀ ਹੈ, ਨਹੀਂ ਪਾਣੀ ਸੀ ਵਿੱਚ ਨਾ, ਕੋਈ ਨਾ ਕੋਈ ਨਾ, ਪਾਣੀ 'ਚ ਤੇਲ ਨਹੀਂ ਪਾਈਦਾ ਹੁੰਦਾ, ਬਸ ਉਹ ਹੀ ਵਧਣਾ, ਬਸ ਇੰਨਾ ਤੇਲ, ਉਹ ਫਾਈਨਲੀ ਆਪਾਂ ਥੋੜਾ ਜਿਹਾ ਤੇਲ ਪਾਵਾਂਗੇ, ਇਹ ਥੋੜਾ ਤੇਲ ਹੈ, ਥੋੜਾ ਹੀ ਹੈ, ਹੁਣ ਇਹਨੂੰ ਚਿੱਟਾ ਕਰਾਂਗੇ, ਚਿੱਟਾ ਕਰਾਂਗੇ ਔਰ ਉਹਦੇ ਬਾਅਦ ਥੋੜੇ ਜਿਹੇ ਮਸਾਲੇ, ਸਾਡੇ ਕੋਲ ਅਸੀਂ 3 ਮਸਾਲੇ ਲਿੱਤੇ, ਜ਼ਿਆਦਾ ਮਸਾਲੇ ਲਿੱਤੇ ਨਹੀਂ, ਤੁਸੀਂ ਆਪਣੇ ਹਿਸਾਬ ਨਾਲ, ਤੁਸੀਂ ਆਪਣੇ ਟੇਸਟ ਅਕੋਰਡਿੰਗ ਕੁਛ ਵੀ ਪਾ ਸਕਦੇ ਹੋ, ਵੱਧ ਘੱਟ ਵੀ ਕਰ ਸਕਦੇ ਹੋਗੇ। ਹਾਂ, ਗਰਮ ਮਸਾਲਾ ਵੀ ਸਾਡੇ ਕੋਲ ਵੀ ਪਾਵਾਂਗੇ, ਐਂ ਨਹੀਂ ਹੈਗਾ ਮੈਂ ਲੈ ਕੇ 10 ਰੁਪਏ ਦਾ ਪੈਕਟ ਹੋ ਰਿਹਾ,
10 ਰੁਪਏ ਦਾ ਪੈਕਟ ਮੈਂ ਲੈ ਕੇ ਆਇਆ ਮੈਂ ਗਰਮ ਮਸਾਲਾ ਇਹ ਵੀ ਪਾਵਾਂਗੇ ਮੈਨੂੰ ਇਹ ਨਹੀਂ ਸਮਝ ਆਉਂਦੀ ਇਹਦਾ ਨਾਮ ਗਰਮ ਮਸਾਲਾ ਕਿਉਂ ਇਹਦੇ ਨਾਲ ਸਬਜ਼ੀ ਗਰਮ ਹੁੰਦੀ ਹੈ ਨਹੀਂ ਇਹ ਗਰਮ ਰਹਿੰਦਾ 24 ਘੰਟੇ ਇਸ ਕਰੇ ਇਹਦਾ ਨਾਮ ਗਰਮ ਮਸਾਲਾ ਅੱਛਾ ਚਲੋ ਮੈਨੂੰ ਫਿਰ ਇੱਕ ਕੁਐਸਚਨ ਵੀ ਯਾਦ ਆ ਗਿਆ ਹਾਂ ਬੁਝਾਰ ਤਾਂ ਹਾਂਜੀ ਉਹ ਕਿਹੜੀ ਚੀਜ਼ ਹੈ ਜਿਹੜੀ ਕਿ ਫ੍ਰਿਜ ਵਿੱਚ ਰੱਖਣ ਦੇ ਬਾਵਜੂਦ ਵੀ ਗਰਮ ਹੀ ਰਹਿੰਦੀ ਹੈ ਹਾਂ ਉਹ ਕਿਹੜੀ ਚੀਜ਼ ਹੈ ਜਿਹੜੀ ਫ੍ਰਿਜ 'ਚ ਰੱਖਣ ਤੋਂ ਬਾਵਜੂਦ ਵੀ ਗਰਮ ਹੀ ਰਹਿੰਦੀ ਹੈ ਜਵਾਬ ਸਾਰਿਆਂ ਨੂੰ ਪਤਾ ਹੀ ਹੋਏਗਾ ਕਮੈਂਟ ਬਾਕਸ ਵਿੱਚ ਲਿਆ ਦਿਓ ਹਨੇਰੀ ਬੁਝਾਰਤਾਂ ਵਾਲੇ ਆ ਗਏ ਹੈ ਜਲਦੀ ਤੋਂ ਜਲਦੀ ਹਾਂ ਤੇ ਨਹੀਂ ਕਦੋਂ ਸਟਾਰਟ ਹੋ ਚੁੱਕਿਆ ਆਪਣਾ ਪੱਤਾ ਉਹਨੇ ਪਾ ਦੇਣਾ ਪੱਤਾ ਪਾ ਦਿਓ ਜੀ ਤੇਜ਼ ਪੱਤਾ ਓ ਤੇਜ਼ ਪੱਤਾ ਤੇਜ਼ ਹੋ ਗਿਆ ਤੇਜ਼ ਪੱਤਾ ਤੇਜ਼ ਹੋ ਗਿਆ ਚਲੋ ਤੇਜ਼ ਪੱਤਾ ਪਾ ਦਿਓ ਸੋ ਤੇਜ਼ ਪੱਤਾ ਆਪਣਾ ਪੈ ਚੁੱਕਿਆ ਹੈਗਾ ਹਾਂਜੀ ਤੇਜ਼ ਪੱਤਾ ਬੜਾ ਢੀਠ ਹੈ ਤੇ ਹੁਣ ਆਪਾਂ ਆਪਣੇ ਸਾਰੇ ਮਸਾਲੇ ਨੇ ਜਿਹੜੇ ਇਕੱਠੇ ਹੀ ਪਾ ਦਾਂਗੇ ਛੱਡ ਦਾਂਗੇ ਇਕੱਠੇ ਹੀ ਪਾ ਦਾਂਗੇ ਕਿਉਂਕਿ ਆਪਾਂ ਇਕੱਠੇ ਹੀ ਲਿੱਤੇ ਨੇ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਵੀ ਅੱਗੇ ਪਿੱਛੇ ਔਰ ਸਵਾਦ ਅਨੁਸਾਰ ਸਿੱਧੀ ਜੀ ਗੱਲ ਇਹਨਾਂ ਨੂੰ ਥੋੜੇ ਹੀ ਪਕਾਵਾਂਗੇ ਆਪਾਂ ਯੈਸ 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 ਪਕੋ ਵਾਹ ਵੀ ਵਾਹ ਖੁਸ਼ਬੂ ਓਹੋ ਹੋ ਖੁਸ਼ਬੂ ਬੜੀ ਜ਼ਬਰਦਸਤ ਆ ਰਹੀ ਹੈ ਖੈਰ ਹੁਣ ਇਹਦੇ ਵਿੱਚ ਜਿਹੜਾ ਪੇਸਟ ਆਪਾਂ ਬਣਾਇਆ ਸੀ ਨਾ ਜੀ ਇਹ ਆਪਣਾ ਹਾਂ ਪਿਆਜ਼ ਵਾਲਾ ਜਿਹੜਾ ਪੇਸਟ ਹੈ ਉਹ ਪਾਵਾਂਗੇ ਜੀ ਇਹ ਪੇਸਟ ਹੈਗਾ ਆਪਣਾ ਪਿਆਜ਼ ਅਦਰਕ ਲਹਿਸੁਨ ਉਹ ਅਸੀਂ ਆਲਰੇਡੀ ਪਹਿਲੇ ਦੱਸ ਚੁੱਕੇ ਹਾਂ ਜੀ ਬਾਰ ਬਾਰ ਰਿਪੀਟ ਟੈਲੀਕਾਸਟ ਲੱਗ ਕੀਤਾ ਹੈ ਧੰਨਵਾਦ ਕਈ ਵਾਰ ਕੋਈ ਸਕਿਪ ਕਰਕੇ ਦੇਖ ਰਿਹਾ ਹੁੰਦਾ ਹੈ ਸਕਿਪ ਕਰਕੇ ਨਾ ਦੇਖਿਆ ਕਰੋ ਭਈ ਵੀਡੀਓ ਨੂੰ ਪੂਰਾ ਦੇਖਿਆ ਕਰੋ ਤਾਂ ਹੀ ਮਜ਼ਾ ਆਉਂਦਾ ਹੈ ਕਈ ਵਾਰ ਇੱਦਾਂ ਦਾ ਪਾਰਟ ਹੁੰਦਾ ਜੋ ਕਿ ਬਹੁਤ ਹੀ ਮੋਸਟ ਇੰਪੋਰਟੈਂਟ ਹੁੰਦਾ ਹੈ ਹਾਂ ਵੈਸੇ ਵੀ ਮੈਂ ਕਾਮੇਡੀ ਕਰਦਾ ਰਹਿੰਦਾ ਵੀਡੀਓ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਆਈ ਐਮ ਅ ਵੈਰੀ ਬਿਗ ਕਾਮੇਡੀਅਨ ਇਹ ਪਤਾ ਬਾਅਦ 'ਚ ਨਹੀਂ ਪਾਉਣਾ ਸੀਗਾ ਨਹੀਂ ਅੱਛਾ ਜੀ ਖੈਰ ਚਲੋ ਕੋਈ ਗੱਲ ਨਹੀਂ ਤੇ ਮੈਂ ਕਹਿੰਦਾ ਨੇਹਾ ਜੀ ਨਾਲ ਨਾਲ ਇਹ ਵੀ ਪਾਈ ਦਿਓ ਕਿਉਂਕਿ ਇਹ ਮਸਾਲਾ ਆਪਣਾ ਪਹਿਲਾਂ ਆਲਰੇਡੀ ਪੱਕ ਚੁੱਕਿਆ ਪੱਕਿਆ ਹੋਇਆ ਬਸ ਮੈਂ ਕਹਿੰਦਾ ਪਾਈ ਦਿਓ ਬਸ ਪਾਈ ਦਿਓ ਪਾ ਦਿਓ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਪਣੀ ਪਿਊਰੀ ਆਹ ਹਾ ਹਰਾ ਹਰਾ ਦੇਖੋ ਕਿੰਨਾ ਘੈਂਟ ਲੱਗ ਰਿਹਾ ਮਜ਼ਾ ਆ ਰਿਹਾ ਦੇਖ ਕੇ ਹੱਥ ਬਚਾ ਕੇ ਭੈਣੇ ਇੰਨੀ ਗਰਮ ਕਾ ਤੋਂ ਹੋ ਰਹੀ ਹਾਂ ਮੈਂ ਤੈਨੂੰ ਪਿਆਰ ਨਾਲ ਬਣਾ ਰਹੀ ਹਾਂ ਹਾਂ ਗੁੱਸਾ ਕਰਦੀ ਹੈ ਬਾਲੇ ਕਰਦੀ ਹੈ ਖੈਰ ਥੋੜ੍ਹਾ ਜਿਹਾ ਪਾਣੀ ਪਾ ਲਈਏ ਪਹਿਲੇ ਇਹਨੂੰ ਘੁਮਾਓ ਲੱਗਦਾ ਫਿਲਹਾਲ ਚਲਾ ਲਓ ਇੱਕ ਵਾਰੀ ਲੋੜ ਨਹੀਂ ਹੈਗੀ ਬਾਕੀ ਦੇਖ ਦੇਣਗੇ ਮੈਂ ਇਹਨੂੰ ਮਿਕਸੀ ਦੇ ਵਿੱਚ ਮਿਕਸ ਕਰਨਾ ਚਾਹੁੰਦਾ ਸੀ ਬਟ ਮਿਕਸੀ ਸਾਡੀ ਛੋਟੀ ਪੈ ਗਈ ਮਿਕਸੀ ਜਵਾਬ ਦੇਗੀ ਉਹ ਕਹਿੰਦੇ ਮੈਂ ਕਿਹਾ ਕੋਈ ਨਾ ਗੁੱਸਾ ਨਹੀਂ ਕਰਨਾ ਮੈਂ ਕਿਹਾ ਗੁੱਸਾ ਨਹੀਂ ਕਰਨਾ ਭੈਣੇ ਉਹ ਜਵਾਬ ਤਾਂ ਦੇਗੀ ਬਾਈ ਕਿਉਂਕਿ ਤੁਸੀਂ ਹੁਣ ਤਾਂ ਸਾਰਾ ਸਾਲ ਉਹਨੂੰ ਵਰਤਦੇ ਹੋ ਸਹੀ ਗੱਲ ਅੱਜ ਜੇ ਤੁਹਾਨੂੰ ਲੋੜ ਪਈ ਤੁਸੀਂ ਚੱਟ ਦੇਣੇ ਕੱਢ ਲਈ ਹੁਣ ਗਵਾਂਢੀ ਕਹਿਣਗੇ ਕੀ ਤੜਕਾ ਲਾਇਆ ਕੁੜੀਏ ਬੜੇ ਖੰਗ ਜੀ ਛਿੜ ਗਈ ਗਵਾਂਢੀਆਂ ਤੱਕ ਤਾਂ ਜਾਂਦੀ ਹੁਣ ਤੁਹਾਡਾ ਤਾਂ ਸਾਰਾ ਘਰੇ ਬੰਦ ਪਾਣੀ ਪਾਓ ਨੇ ਮੈਨੂੰ ਲੱਗਦਾ ਗਾੜਾ ਗਾੜਾ ਹੈ ਪਾਣੀ ਪਾਉਣਾ ਚਾਹੀਦਾ ਯਾਰ ਦੇਖ ਕੇ ਲੱਗਦਾ ਨਹੀਂ ਗਾੜੀ ਗੜੀ ਜ਼ਿਆਦਾ ਹੈ ਗ੍ਰੇਵੀ ਗ੍ਰੇਵੀ ਲੱਗੀ ਨਹੀਂ ਰਹੀ ਥੋੜ੍ਹਾ ਪਾਣੀ ਪਾਉਣਾ ਚਾਹੀਦਾ ਪਾ ਲਓ ਬਾਈ ਫਿਰ ਮੇਰੇ ਸਾਨੂੰ ਪਾਣੀ ਪਾਉਣਾ ਚਾਹੀਦਾ ਬਾਕੀ ਕਮੈਂਟ ਕਰਕੇ ਦੱਸੋ ਪਾਣੀ ਪਾਉਣਾ ਚਾਹੀਦਾ ਜਾਂ ਨਹੀਂ ਪਾਣੀ ਵਾਲੇ ਯੈਸ ਲਿਖੇ ਵਿਦਆਊਟ ਪਾਣੀ ਵਾਲੇ ਨੋ ਲਿਖੇ ਨੋ ਲਿਖੇ ਕਿਰਪਾ ਜਲਦੀ ਲਿਖੇ ਕਿ ਜਦ ਤੱਕ ਤੁਸੀਂ ਲਿਖੋਗੇ ਅਸੀਂ ਸਬਜ਼ੀ ਖਤਮ ਕਰ ਚੁੱਕੇ ਸਾਡੀ ਸਬਜ਼ੀ ਕਿਤੇ ਮੱਚੀ ਨਾ ਜੇ ਸਬਜ਼ੀ ਖਤਮ ਕਰ ਚੁੱਕੇ ਹੋਵਾਂਗੇ ਤੇ ਹੁਣ ਵਾਰੀ ਆ ਚੁੱਕੀ ਹੈ ਜੀ ਪਾਲਕ ਪਨੀਰ ਦੇ ਵਿੱਚ ਪਨੀਰ ਦੇ ਜਾਣ ਦੀ ਠੀਕ ਹੈ ਜੀ ਤੇ ਅਸੀਂ ਇਹ ਪਨੀਰ ਲਿੱਤਾ ਪਨੀਰ ਦੇ ਟੁਕੜੇ ਟੁਕੜੇ ਨਾ ਛੋਟੇ ਛੋਟੇ ਟੁਕੜੇ ਪਾਣੇ ਨੇ ਪਤਾ ਲੱਗੂਗਾ ਕਿਦਾਂ ਦਾ ਕਿਦਾਂ ਨਹੀਂ ਖੁਸ਼ਬੂ ਤਾਂ ਆ ਗਈ ਖੁਸ਼ਬੂ ਤਾਂ ਬਹੁਤ ਟੇਸਟੀ ਆ ਰਹੀ ਹੈ ਇਹਦੇ ਵਿੱਚ ਤੁਸੀਂ ਮਤਲਬ ਕਿ ਟੇਸਟ ਦੇ ਅਕੋਰਡਿੰਗ ਦਹੀਂ ਆ ਜਿਹੜੀ ਉਹ ਵੀ ਦਹੀਂ ਵੀ ਪਾ ਸਕਦੇ ਹੋ ਮਲਾਈ ਵੀ ਪਾ ਸਕਦੇ ਹੋ ਦਹੀਂ ਮਲਾਈ ਕਰੀਮ ਉਹ ਜੋ ਤੁਹਾਡਾ ਟੇਸਟ ਹੈਗਾ ਤੁਸੀਂ ਉਹਦੇ ਅਕੋਰਡਿੰਗ ਕੁਝ ਵੀ ਪਾ ਸਕਦੇ ਹੋ ਮਲਾਈ ਸੀ ਕਰੀਮ ਸੀ ਕਰੀਮ ਸੀ ਕਰੀਮ ਤੇ ਮਲਾਈ ਕੁਝ ਮਲਾਈ ਨਹੀਂ ਸੀ ਦਹੀਂ ਸੀਗਾ ਨਹੀਂ ਮਲਾਈ ਵੀ ਪਾ ਸਕਦੇ ਅੱਛਾ ਮਲਾਈ ਵੀ ਪਾ ਸਕਦੇ ਹਾਂ ਨਾ ਹਾਂਜੀ ਤੇ ਚਲੋ
ਹੁਣ ਆਪਾਂ ਵੇਟ ਕਰਦੇ ਹਾਂ ਸਬਜ਼ੀ ਤੇ ਤਿਆਰ ਹੁੰਦੀ ਹੈ। ਸਬਜ਼ੀ ਤਿਆਰ ਹੈ ਤਕਰੀਬਨ ਤਕਰੀਬਨ 1-2 ਮਿੰਟ ਬਸ ਹੋਰ ਵੇਟ ਕਰਾਂਗੇ ਹਨਾ, ਤੇ ਉਸ ਤੋਂ ਬਾਅਦ ਆਪਾਂ ਪੜਾਂਗੇ ਟੂਟ ਪੜਾਂਗੇ ਟੂਟ ਪੜੋ ਯਹੀ ਹੈ ਥੈਨੋਸ। ਹਮੇਸ਼ਾ ਮਤਲਬ ਕਿ ਜਦੋਂ ਵੀ ਆਪਾਂ ਇਹਨੂੰ ਢੱਕਣਾ ਨਾ 2 ਮਿੰਟ ਲਈ ਰੱਖਣਾ, ਢੱਕਣਾ ਤਾਂ ਸਿਮ ਗੈਸ ਤੇ ਹੀ ਰੱਖਣਾ, ਕਦੇ ਵੀ ਮਤਲਬ ਕਿ ਫਾਸਟ ਨਹੀਂ ਕਰਨਾ ਹੈਗਾ। ਬਿਲਕੁਲ, ਕਿਉਂਕਿ ਫਿਰ ਜਲਣ ਦਾ ਚਾਂਸ ਰਹਿੰਦਾ ਹੈਗਾ। ਹਾਂ ਬਿਲਕੁਲ ਬਿਲਕੁਲ। ਲਓ ਜੀ ਦੋਸਤੋ, ਪਾਲਕ ਪਨੀਰ ਦੀ ਸਬਜ਼ੀ ਸਾਡੀ ਤਿਆਰ ਹੋ ਚੁੱਕੀ ਹੈ ਜੀ, ਅਤੇ ਹੁਣ ਆਪਾਂ ਇਹਨੂੰ ਸਰਵ ਕਰਕੇ ਦੇਖਦੇ ਹਾਂ ਜੀ। ਬੇਬੀ ਬਾਪੂ ਨੂੰ ਦੇਣੇ ਆ, ਪਰੋਸ ਕੇ ਤਾਂ ਬੇਬੀ ਬਾਪੂ ਨੂੰ ਦੱਸਣਗੇ ਕਿ ਕਿੱਦਾਂ ਲੱਗਿਆ ਸਵਾਦ। ਅਤੇ ਬੇਬੇ ਜੀ ਖਾਓ ਅਤੇ ਦੱਸੋ ਕਿੱਦਾਂ ਦੀ ਬਣੀ ਹੈ। ਬਾਪੂ ਜੀ ਤੁਸੀਂ ਵੀ ਖਾਓ ਅਤੇ ਫਿਰ ਦੱਸੋ ਸਾਨੂੰ ਕਿੱਦਾਂ ਦੀ ਬਣਾਈ ਹੈ ਬੱਚਿਆਂ ਨੇ ਪਾਲਕ ਪਨੀਰ ਦੀ ਸਬਜ਼ੀ। ਨਮਕ ਮਿਰਚ ਮਸਾਲਾ ਕਿੱਦਾਂ ਦਾ ਲੱਗਿਆ ਜੀ, ਖਾ ਕੇ ਦੱਸੋ। ਬੇਬੇ ਹੀ ਖਾਣਗੇ ਪਹਿਲੇ, ਬੇਬੇ ਹੀ ਦੱਸਣਗੇ। ਬਾਪੂ ਜੀ ਤੁਸੀਂ ਖਾ ਕੇ ਦੱਸੋ ਕਿੱਦਾਂ ਦਾ ਬਣਿਆ, ਸਵਾਦ ਦੱਸਿਓ ਜੀ, ਕਿਸ ਚੀਜ਼ ਦੀ ਕਮੀ ਲੱਗੀ ਉਹ ਦੱਸੋ, ਫਿਰ ਆਪਾਂ ਸੁਧਾਰ ਕਰਾਂਗੇ। ਬਹੁਤ ਸਵਾਦ ਹੈ, ਬਹੁਤ ਸਵਾਦ ਹੈ ਜੀ। ਕੋਈ ਚੀਜ਼ ਦੀ ਕਮੀ ਕਿ ਮਸਾਲਾ ਤੇਜ਼ ਹੈ ਘੱਟ ਹੈ, ਫਿਰ ਅਗਲੀ ਵਾਰ ਆਪਾਂ ਸੁਧਾਰ ਕਰ ਸਕਦੇ ਹਾਂ। ਸਭ ਕੁਝ ਠੀਕ ਹੈ। ਬਾਪੂ ਜੀ ਤੁਹਾਨੂੰ ਕੀ ਲੱਗਿਆ ਕਿ ਕਿਸ ਚੀਜ਼ ਦੀ ਕਮੀ ਹੈ? ਬਹੁਤ ਸਵਾਦ ਹੈ। ਹਾਂਜੀ ਬਹੁਤ ਸਵਾਦ ਹੈ। ਕੋਈ ਚੀਜ਼ ਜਿਹੜੀ ਸੁਧਾਰਨ ਵਾਲੀ ਹੈ? ਬਹੁਤ ਵਧੀਆ ਬਣਾਇਆ ਹੋਏ, ਬਹੁਤ ਵਧੀਆ ਬਣੀ ਹੈ। ਲਓ ਜੀ ਸਾਡੀ ਜਿਹੜੀ ਮਿਹਨਤ ਸੀ ਉਹ ਸਫਲ ਹੋ ਚੁੱਕੀ ਹੈ, ਬੇਬੇ ਬਾਪੂ ਨੂੰ ਪਸੰਦ ਆ ਗਈ ਹੈ। ਅਤੇ ਬਾਕੀ ਤੁਸੀਂ ਦੱਸੋ ਜੀ ਸਾਡਾ ਜਿਹੜਾ ਅੰਦਾਜ਼ ਹੈ ਬਣਾਉਣ ਦਾ ਉਹ ਕਿੱਦਾਂ ਲੱਗਿਆ। ਅਤੇ ਨੇਹਾ ਜੀ ਬਣਾਉਣੇ ਰੋਟੀ, ਇੱਧਰ ਨੇਹਾ ਜੀ ਬਣਾ ਰਹੇ ਨੇ ਰੋਟੀ, ਅਤੇ ਨੇਹਾ ਜੀ ਬੇਬੇ ਬਾਪੂ ਨੂੰ ਪਸੰਦ ਆ ਗਿਆ, ਕੀ ਕਹਿਣਾ ਚਾਹੋਗੇ? ਅਸੀਂ ਪਾਸ ਹੋ ਗਏ। ਹਾਂ ਨੇਹਾ ਜੀ ਪਾਸ ਹੋ ਗਏ, ਚਲੋ ਠੀਕ ਹੈ ਜੀ। ਸੋ ਦੋਸਤੋ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਇੱਦਾਂ ਹੀ ਰੋਜ਼ਾਨਾ ਵੀਡੀਓ ਦੇਖਣ ਲਈ ਚੈਨਲ ਸਬਸਕ੍ਰਾਈਬ ਕਰਨਾ ਜ਼ਰੂਰ ਨਾ ਭੁੱਲਿਓ। ਨੈਕਸਟ ਰੈਸਿਪੀ ਤੁਸੀਂ ਕਿਹੜੀ ਚਾਹੁੰਦੇ ਹੋਗੇ ਪਲੀਜ਼ ਉਹ ਕਮੈਂਟ ਵੀ ਜ਼ਰੂਰ ਦੱਸਿਆ ਕਰੋ, ਕਿਉਂਕਿ ਸੋਰੀ ਮਾਈਕ ਲੈ ਲਾ। ਮਤਲਬ ਕਿ ਨੈਕਸਟ ਰੈਸਿਪੀ ਤੁਸੀਂ ਕਿਹੜੀ ਚਾਹੁੰਦੇ ਹੋਗੇ ਵੀ ਅਸੀਂ ਤੁਹਾਨੂੰ ਕੀ ਬਣਾ ਕੇ ਦਿਖਾਈਏ, ਜਾਂ ਫਿਰ ਇੱਕ ਟਾਸਕ ਨਹੀਂ ਹੁੰਦਾ ਹੈਗਾ ਵੀ ਅਸੀਂ ਤੁਹਾਨੂੰ ਇਹ ਟਾਸਕ ਦਿੰਦੇ ਹਾਂ ਤੁਸੀਂ ਇਹ ਬਣਾਓ, ਜਾਂ ਫਿਰ ਇੱਦਾਂ ਸਾਨੂੰ ਕੋਈ ਟਾਸਕ ਦਿਓ, ਚੈਲੰਜ ਦਿਓ, ਜਾਂ ਫਿਰ ਕੋਈ ਰੈਸਿਪੀ ਸ਼ੇਅਰ ਕਰੋ ਵੀ ਤੁਸੀਂ ਇਹ ਬਣਾਓ, ਆਪਾਂ ਨੈਕਸਟ ਵੀਡੀਓ ਉਸ ਦੀ ਸ਼ੇਅਰ ਕਰਾਂਗੇ, ਬਣਾ ਕੇ ਦੇਖਾਂਗੇ, ਟਰਾਈ ਕਰਾਂਗੇ, ਸਿੱਖਾਂਗੇ, ਨਾਲੇ ਤੁਹਾਡੇ ਨਾਲ ਸਾਂਝਾ ਕਰਾਂਗੇ। ਹਾਂਜੀ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ। ਬਾਏ 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 ਬਾਏ। ਅਟਲ ਗਿਆ ਹੋਇਆ, ਬਾਏ ਬਾਏ।